ਇਮਰਾਨ ਭੈਣ ਬੇਹੋਸ਼ ਹੈ ਹੋਰ ਛੱਟ ਨੂੰ ਠੀਕ ਹੋ ਜਾਏ ਜਦ ਹਸਪੀਟਲ ਉਹਨਾਂ ਡਾਕਟਰੋ ਨੇ ਚੈੱਕ ਕੀਆ ਉਸਨੇ ਕਾਹਕੇ ਫੋਟ ਹੋਈ ਏ ਮੁੰਡਾ ਬਾਅਦ ਤੇ ਹੋਇਆ ਬੱਚੀ ਪਹਿਲਾਂ ਫੋਟ ਹੋ ਗਈ ਉਥੇ ਪੁਲਿਸ ਵਾਲਾ ਆਇਆ ਉਹਨੇ ਮੇਰੇ ਕੋਲੋਂ ਬਿਆਨ ਲਿਆ ਹੈ ਮੇਰਾ मामू ਛੋਟਾ ਮੇਰੇ ਉੱਤੇ ਖੋ ਕੇ ਕਹਿੰਦਾ ਕੀ ਬਿਆਨ ਦੇ ਰਹੀ ਮੈਂ ਕਹਾ मामू ਜਿਸ ਤਰ੍ਹਾਂ ਕਮਰੇ ਮੇ ਬਿਠਾਇਆ ਉਸ ਤਰ੍ਹਾਂ ਹੀ ਮੈਂ ਬਿਆਨ ਦੇ ਰਹੀ ਹੂੰ ਕਿਸ ਤਰ੍ਹਾਂ ਤੇ ਕਹਿੰਦਾ ਕਿਸ ਤਰ੍ਹਾਂ ਨਾ ਮੈਂ मामू ਮੈਂ ਜਨਰੇਟਰ ਕਮਰੇ ਚ ਨਹੀਂ ਵੇਖਿਆ ਕਹਿੰਦਾ ਤੁਹਾਨੂੰ ਭੈਣ ਦੀ ਪੈ ਗਈ ਸੀ ਕਿ ਤੁਹਾਨੂੰ ਜਨਰੇਟਰ ਤੇ ਖਿਆਲ ਸੀ ਜਨਰੇਟਰ ਤਾਂ ਚੁੱਪ ਬਾਨ ਇੱਕ ਸਾਈਡ ਤੋਂ ਕਾਲੀ ਐ ਅੱਗੋਂ ਨਾ ਕਰੰਬਲੀ ਕਾਲੀ ਹੋਈ ਮੈਂ ਇਹਨੂੰ ਕਿਹਾ ਅਮੀ ਨੂੰ ਮੈਂ ਕਿਹਾ ਅੰਮੀ ਇਹਦੀ ਜ਼ੁਬਾਨ ਭੈਣ ਦੀ ਕਾਲੀ ਕਿਉਂ ਹੋਈ ਏ ਤੇ ਅੰਮੀ ਕਹਿਣ ਲੱਗੀ ਖਰੇ ਮੇਰੀ ਧੀ ਦੀ ਕਿਵੇਂ ਜਾਨ ਨਿਕਲਦੀ ਤੜਫਦੀ ਦੀ ਨਿਕਲੀ ਏ ਤੇ ਇੰਨੇ ਭੈਣਾ ਭਰਾਵਾਂ ਦੀ ਭੈਣ ਏ ਅੱਜ ਕੋਲ ਕੋਈ ਵੀ ਨਹੀਂ ਮੇਰੀ ਧੀ ਨੇ ਕਿਤੇ ਇੰਜ ਜ਼ੁਬਾਨ ਦੰਦਾ ਤੇ ਫੋਟੋ ਵਿੱਚ ਟੀਵੀ ਕੇ ਸਾਥ ਮੈਂ ਹਾਂ ਆਪਕੇ ਮਹਿਮਾਨ ਹਾਂ ਮੇਰੇ ਲਈ ਨਜ਼ਰ ਇਸ ਵਕਤ ਕਸੂਰ ਕੇ ਇਸ ਕੇ ਅੰਦਰ ਮੈਂ ਮੌਜੂਦ ਹਾਂ ਜਹਾਂ ਪਰ ਇੱਕ ਐਸਾਨੇ ਹੁੰਦਾ ਹੈ ਜਿਸਮੇ ਸ਼ਹਿਜ਼ਾਦੀ ਔਰ ਸ਼ਰਾਫਤ ਜਿਨਕੀ ਸ਼ਾਦੀ ਹੋਤੀ ਹੈ ਔਰ ਪਹਿਲੀ ਰਾਤ ਉਨਕੀ ਦੋਨੋਂ ਕੀ ਮੌਤ ਵਾਕਿਆ ਹੋ ਜਾਤੀ ਹੈ ਔਰ ਉਸਕੇ ਬਾਅਦ ਬਹੁਤ ਸਾਰੀ ਐਸੇ ਬਾਤੇ ਕੀ ਜਾਤੀ ਹੈ ਕਿ ਉਨਕੀ ਮੌਤ ਜੋ ਥੀ ਵੋ ਜਨਰੇਟਰ ਕੀ ਵਜ੍ਹਾ ਸੇ ਹੋਈ ਥੀ उसके बाद जो शहजादी का भाई था उसने एक एप्लीकेशन दायर की अदालत के अंदर कि मेरी जो बहन है उसकी मौत जनरेटर की वजह से नहीं हुई बल्कि उसको जहर दे के मारा गया उसके बाद एक स्टाम्प पेपर अदालत के अंदर जमा करवाया जाता है कि शहज़ादी का जो भाई इमरान है जिसको जिसने एप्लीकेशन दायर की थी उसको बेदखल कर दिया गया वो जो स्टाम्प पेपर था उनके वालिद की तरफ से अदालत में जमा करवाया जाता है उससे पहले जब उनकी मौत वाक़ हो जाती है उसके बाद उनकी डेड बॉडी जो थी वो डी एच की हॉस्पिटल में लेके जाते हैं लेकिन वहाँ पे उनका पोस्टमार्टम नहीं करवाया जाता और कहा यह जाता है कि इनको घर ले चलते हैं इनकी जो मौत है वो जनरेटर की वजह से हुई है इस तरह का कोई सीन नहीं है कि इनको जहर दे के मारा गया उसके बाद ये सारी बातें सामने आई और पता ये चला कि जब उनकी मौत वाक्य हुई थी दिन के टाइम शहज़ादी की बहन ही थी जिसने जाके दरवाजा खोला था जब उसने दरवाजे को धक्का लगाया तो दरवाजा पहले से खुला हुआ था और जो उसकी सिस्टर थी और जो शराफत था उनकी मौत वाक़ हो चुकी थी उस कमरे के अंदर जो दूध पड़ा हुआ था वो भी इसी तरह से पड़ा हुआ था और जो जनरेटर था वो उस कमरे के अंदर नहीं था लेकिन उसके बाद ये कहा जाता है कि उनका उनकी मौत जनरेटर से होगी ये कैसे पॉसिबल हो सकता है आज मैं उस घर के अंदर मौजूद हूँ शहजादी का जो घर था मेरे साथ उनकी वालदा और उनकी बहन मौजूद है इनसे बात करते हैं और उनसे जानते हैं कि उस दिन क्या हुआ था और उसके बाद जो इनके भाई की बेदखली का नोटिस जो था वो अदालत के अंदर किस तरह से दिया गया और अब वो लोग इनके घर में आके इनको इन्होंने मारा भी है जब पुलिस के पास गए हैं ਪੁਲਿਸ ਵੱਲੋਂ ਨੇ ਵੀ ਇਨਕੀ ਕੋਈ ਬਾਤ ਨਹੀਂ ਸੁਣੀ ਬਾਤ ਕਰਤੇ ਆ ਜੀ ਅਸਲਾਮੁਅਲੈਕਮ ਵਾਲੇਕੁਮ ਸਲਾਮ ਅੱਛਾ ਮੇਰੀ ਬੇਹਨ ਮੈਨੂੰ ਜੀ ਇਹ ਬਤਾਈਏਗਾ ਕਿ ਜਿਸ ਦਿਨ ਆਪ ਲੋਗੋ ਕੀ ਬੇਹਨ ਕੀ ਮੌਤ ਹੋਈ ਹੈ ਉਸ ਦਿਨ ਆਪ ਲੋਗੋ ਨੂੰ ਕਿਵੇਂ ਪਤਾ ਚੱਲਾ ਥਾ ਕਿਆ ਟਾਈਮ ਥਾ ਸਾਢੇ 4 ਦਾ ਟਾਈਮ ਸੀ ਬਾਈ ਤੇ ਉਹ ਮਮਾ ਕਹਿੰਦੀ ਉੱਠੋ ਉੱਠ ਕੇ ਨਾਸ਼ਤਾ ਬਣਾਓ ਭੈਣ ਦੇ ਪਿੱਛੇ ਲੈ ਕੇ ਜਾਣਾ ਮੇਰੇ ਤੋਂ ਛੋਟੀ ਜਿਸ ਨੇ ਉਸ ਦਿਨ ਬਿਆਨ ਦੀਆ ਉਸ ਕੋ ਕਹਾ ਮੈਂ ਦੇਖ ਪਾ ਛੋਟੀ ਉੱਠੀ ਏ ਕਿ ਨਹੀਂ ਉੱਠੀ ਸਾਥੀ ਉਸ ਕਾ ਗਾਥਾ ਮੈਂ ਕਹਾ ਦੇਖ ਭੈਣ ਨੂੰ ਵੇਖਿਆ ਮੈਂ ਇਹਦਾ ਨਾਸ਼ਤਾ ਬਣਾ ਰਹੀ ਹੂੰ ਉਨੇ ਉਹ ਦੀਵਾਰ ਤੇ ਖੋਕ ਕੇ ਆਵਾਜ਼ ਮਾਰੀ ਕੇ ਪੈਨ ਉਹ ਤੋਂ ਦਰਵਾਜ਼ਾ ਨਹੀਂ ਖੋਲ ਰਹਾ ਤੋ ਮੈਂ ਇਧਰੋਂ ਹੀ દોੜੀ ਗਈ ਮੈਂ ਜਾ ਕੇ ਤੇ ਮੇਰੀ ਜਾਨ ਤੋਂ ਗਿਓਨੇ ੱਤਕਾ ਮਾਰਿਆ ਦਰਵਾਜ਼ਾ ਖੁੱਲ ਗਿਆ ਤੋ ਅਸੀਂ ਅੰਦਰ ਗਈਆਂ ਕੋਈ ਸਮੈਲ ਨਹੀਂ ਕੋਈ ਜਨੇਟਰ ਨਹੀਂ ਤੋ ਮੇਰੇ ਛੋਟੇ मामੂ ਨੇ ਸ਼ਰਾਫਤ ਕੋ ਬਿਠਾਇਆ ਹੈ ਉਪਰ ਸੇ ਉਹ ਐਸੇ ਗਿਰਾਵਾ ਦਰਵਾਜ਼ੇ ਦੇ ਅੱਗੇ ਹੀ ਤੋ ਆਪੇ ਇਸ ਤਰਫ ਮੇਰੀ ਛੋਟੀ ਬੇਟੀ ਭੈਣ ਲੇਟੀ ਹੋਈ ਹੈ ਤੇ ਉਹਦੇ ਉੱਪਰ ਹੁੰਦਾ ਸੇਹਰੇ ਇੰਜ ਕਰਕੇ ਤੇ ਚਾਰ ਪਾਈ ਦੇ ਨੀਚੇ ਹੁੰਦੀਆਂ ਲੱਤਾਂ ਨੇ ਤੇ ਉਹਨੇ ਬਿਠਾਇਆ ਤੇ ਨੀਚੇ ਤੋਂ ਮੈਂ ਆਪਣੀ ਭੈਣ ਨੂੰ ਬਿਠਾਇਆ ਹੈ ਮੈਂ ਬਾਹਰ ਲਿਆ ਕੇ ਲਟਾ ਦਿੱਤੀ ਤੋ ਅੰਮੀ ਚਲੀ ਗਈ ਐ ਮੈਂ ਕਿ ਅੰਮੀ ਕੀ ਹੋਇਆ ਐ ਬੇਹੋਸ਼ ਨੇ ਕਹਿੰਦੀ ਐ ਕਿ ਨਹੀਂ ਅੰਮੀ ਇੱਥੇ ਅੱਖਾਂ ਆਥਰ ਰੱਖਣ ਲੱਪੀ ਮੈਂ ਚੀਕਾ ਮਾਰਿਆ ਮੰਮੀ ਤੂੰ ਇੰਜ ਕਿਉਂ ਕਰ ਰਹੀ ਐ ਬੇਹੋਸ਼ ਨੇ ਇਸ ਤਰ੍ਹਾਂ ਚੀਕਾਂ ਕੋਕਾਂ ਮਾਰਨ ਲੱਗ ਪਿਆ ਤੇ ਮੈਂ ਅੰਦਰ ਵੇਖਿਆ ਥੋੜਾ ਜਿਹਾ ਫਲ ਵੀ ਪਿਆ ਐ ਤੋ ਦੁੱਧ ਵੀ ਪਿਆ ਐ ਤੇ ਜਿੱਦੋਂ ਦੁਨੀਆ ਇਸ ਤਰ੍ਹਾਂ ਮੱਲੇ ਵਾਲੇ ਇਕੱਠੇ ਹੋ ਗਏ ਨੇ ਤੇ ਮੈਂ ਦੁਬਾਰਾ ਫੇਰ ਕਮਰੇ ਚ ਗਈ ਆ ਦੁੱਧ ਨਹੀਂ ਐ ਤੇ ਫਲ ਮੇਰੇ ਛੋਟੇ मामੂ ਸ਼ਾਹਲਾਮਤ ਅਲੀ ਨੇ ਫੜਿਆ ਆੜੂ ਨੇ ਸੇਬ ਨੇ ਉਹ ਮੇਰੇ ਮਾਮੂ ਨੇ ਫੜਿਆ ਲੇਕਿਨ ਦੋ ਦਫਾ ਫਿਰ ਉਸ ਤੋਂ ਬਾਅਦ ਮੈਨੂੰ ਨਜ਼ਰ ਨਹੀਂ ਆਇਆ ਦੋ ਆ ਉਹ ਮੈਨੂੰ ਨਜ਼ਰ ਨਹੀਂ ਆਇਆ ਤਾਂ ਮੈਂ ਉਸ ਵੇਲੇ ਨਾ ਅਕਵੇਂ ਰੋਣਾ ਪਿਟਣਾ ਮੱਲੇ ਵਾਲੇ ਇਕੱਠੇ ਹੋ ਗਏ ਗੱਡੀਆਂ ਆ ਗਈਆਂ ਤਾਂ ਹਸਪੀਟਲ ਲੈ ਕੇ ਚਲੇ ਗਏ ਉੱਥੇ ਗਏ ਆ ਸਿਰਫ ਸਾਥ ਮੈਂ ਥੀ ਅੰਮੀ ਸੀ ਤੇ ਮੇਰੇ ਤੋਂ ਛੋਟੀ ਸੀ ਅਸੀਂ ਉੱਥੇ ਗਏ ਤੇ ਉਹਨਾਂ ਚੈੱਕ ਚੁੱਕੀ ਤਾਂ ਉਧਰੋਂ ਮੇਰਾ ਭਾਈ ਇਮਰਾਨ ਇਹਨੇ ਉਹ ਕੰਮ ਤੇ ਸੀ ਇਹ ਉੱਥੋਂ ਆ ਗਿਆ ਇਹਨੇ ਮੈਨੂੰ ਕਿਹਾ ਕਿ ਭੈਣ ਕੀ ਹੋਇਆ ਮੈਂ ਕਿਹਾ ਕੁਛ ਨਹੀਂ ਇਮਰਾਨ ਭੈਣ ਬੇਹੋਸ਼ ਹੈ ਹੋਰ ਛੱਟ ਨੂੰ ਠੀਕ ਹੋ ਜਾਏ ਦੀ ਜਦ ਹਸਪੀਟਲ ਉਹਨਾਂ ਡਾਕਟਰਾਂ ਨੇ ਚੈੱਕ ਕੀਆ ਉਸਨੇ ਕਾ ਕਿ ਫੋਟ ਹੋਈ ਏ ਮੁੰਡਾ ਬਾਅਦ ਤੇ ਹੋਇਆ ਬੱਚੀ ਪਹਿਲਾਂ ਫੋਟ ਹੋਗੀ ਉਥੇ ਪੁਲਿਸ ਵਾਲਾ ਆਇਆ ਉਹਨੇ ਮੇਰੇ ਕੋਲੋਂ ਬਿਆਨ ਲਿਆ ਹੈ ਮੇਰਾ मामू ਛੋਟਾ ਮੇਰੇ ਉੱਤੇ ਖੋ ਕੇ ਕਹਿੰਦਾ ਕੀ ਬਿਆਨ ਦੇ ਰਹੀ ਮੈਂ ਕਿਹਾ मामੂ ਜਿਸ ਤਰ੍ਹਾਂ ਕਮਰੇ ਮੇ ਬਿਠਾਇਆ ਉਸ ਤਰ੍ਹਾਂ ਹੀ ਮੈਂਨੇ ਬਿਆਨ ਦੇ ਰਹੀ ਹੂੰ ਕਿਸ ਤਰ੍ਹਾਂ ਤੇ ਕਹਿੰਦਾ ਕਿਸ ਤਰ੍ਹਾਂ ਮੈਂ मामੂ ਮੈਂ ਜਨਰੇਟਰ ਕਮਰੇ ਚ ਨਹੀਂ ਵੇਖਿਆ ਕਹਿੰਦਾ ਤੁਹਾਨੂੰ ਭੈਣ ਦੀ ਪੈ ਗਈ ਸੀ ਕਿ ਤੁਹਾਨੂੰ ਜਨਰੇਟਰ ਤੇ ਖਿਆਲ ਸੀ ਜਨਰੇਟਰ ਤਾਂ ਚੋਕ ਕੇ ਮੈਂ ਬਾਹਰ ਮਾਰਿਆ ਮੇਰੇ मामੂ ਨੇ ਇਹ ਗੱਲ ਕੀਤੀ ਹੈ ਕਿ ਤੁਹਾਨੂੰ ਭੈਣ ਦੀ ਪਈ ਸੀ ਕਿ ਉਸ ਵੇਲੇ ਤੁਹਾਨੂੰ ਜਨਰੇਟਰ ਸੀ ਤੁਹਾਨੂੰ ਤੁਸੀਂ ਜਨਰੇਟਰ ਮੈਂਨੇ ਵੇਖਿਆ ਹੀ ਨਹੀਂ ਦਾ ਜਨਰੇਟਰ ਮੈਂ ਚੋਕ ਕੇ ਬਾਹਰ ਮਾਰਿਆ ਫਿਰ ਅਸੀਂ ਫੇਰ ਵੀ ਕਹਿੰਦੇ ਕਿ ਸਾਡੇ मामੂ ਨੇ ساری ਜ਼ਿੰਦਗੀ ਅਸੀਂ मामਿਆਂ ਦੇ ਬੁਵੇ ਤੇ ਇੱਥੇ ਆਏ ਆ ਸਾਡਾ ਅੱਬੂ ਸੋਹਰਿਆਂ ਤੇ ਰਹਿੰਦਾ ਹੈ ਮਸਲਾ ਮੈਂ ਕਿ ਅਸੀਂ ਉੱਥੇ ਨਾ ਆਂਦਾ ਆਦ ਕਿਆ ਤੇ ਨਹੀਂ ਦੇ ਨਾਨਕਿਆਂ ਤੇ ਇੱਥੇ ਆ ਸਾਡੇ ਅੱਬੂ ਨੇ ساری ਜ਼ਿੰਦਗੀ ਉਹਨਾਂ ਦੀ ਬਹੁਤ ਇੱਜ਼ਤ ਕੀਤੀ ਮਾਪਿਆਂ ਨੂੰ ਬੁਲਾਦ ਨੂੰ ਭੁੱਲਿਆ ਲੇਕਿਨ ਉਹਨਾਂ ਨੂੰ ਅੱਜ ਤੱਕ ਨਾ ਸੋਹਰਿਆਂ ਦਾ ਨਹੀਂ ਬੁਰਾ ਆ ਲਿਆ ਕਿ ਉਹਨਾਂ ਦੀ ਤਾਰੀਫ਼ ਕਰਦਾ ਰ ਅੰਮੀ ਵੀ ਰੋਂਦੀ ਸੀ ਮੇਰੇ ਪ੍ਰਾਣੇ ਜਦੋਂ ਫਿਰ ਅਸੀਂ ਉੱਥੋਂ ਨਿਕਲੇ मामੂ ਵੱਡਾ ਕਿੰਦੀ ਨੋ ਬਣੀ ਸਾਡੀ ਭੈਣ ਕਹਿੰਦਾ ਕਿ ਤੂੰ ਉਧਰ ਗੱਨੀ ਲਿਆਣਾ ਕੁੜੀ ਨੂੰ ਮੰਜੀ ਘਰ ਆਪਦੇ ਨਹੀਂ ਲਿਆਣੀ ਮੇਰੇ ਘਰ ਲੈ ਕੇ ਚੱਲੋ ਅਸੀਂ ਠਕੂ ਬਈ ਹਸਪੀਟਲ ਪਸਕਾਰ ਆ ਗਏ ਹਾਂ ਜੀ ਹਾਂਜੀ ਹਸਪੀਟਲ ਪਸਾਂ ਤੇ ਘਰ ਆ ਇਸ ਟਾਈਮ ਮਾਮੂ ਨੇ ਲਕੀਤੀ ਤੇ ਮਾਮੂ ਮਤ ਬੋਲ ਕੇ ਕਹਿੰਦਾ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਆਫਾਨ ਤੇ بارش ਬੜੀ ਆਣੀ ਮੇਰਾ ਮਾਮੂ ਕਹਿੰਦਾ ਮੈਂ ਕਿ ਅੰਮੀ ਅਸੀਂ ਨਹੀਂ ਪੈਣ ਨੂੰ ਦਫਨਾਉਣਾ ਸਾਡੇ ਵਿੱਚ ਇਹ ਆ ਕਿ ਬੱਚੀਆਂ ਬੇਟੀ ਬੁੱਢੀ ਜਵਾਨ ਉਸ ਕੋ ਰਾਤ ਹੀ ਦਫਨਾਇਆ ਜਾਂਦਾ ਦਿਨ ਨਹੀਂ ਅਸੀਂ ਦਫਨਾਉਂਦੇ ਤੋਂ ਇਹ ਕਹਿੰਦਾ ਤੈਨੂੰ ਜ਼ਿਆਦਾ ਸਿਆਣੀ ਹੈ ਚੁੱਪ ਕਰ ਜਾ ਅਸੀਂ ਹੁਣ ਹੀ 2 ਵਜੇ ਦਫਨਾਉਣਾ ਹੈ ਲੇਕਿਨ ਸਾਡੇ ਬਿਲਾਦਰੀ ਵੀ ਪੂਰੀ ਇਕੱਠੀ ਨਹੀਂ ਸੀ ਹੋਈ ਉਸ ਤੋਂ ਬਾਅਦ ਭਾਈ ਇਹ ਦਫਨਾਇਆ ਜਿਸ ਵੇਲੇ ਗੁੱਥਲ ਦਿੱਤਾ ਮੈਂ ਸਾਥ ਸੀ ਮੌਤ ਕਿਸਮ ਦੇ ਕਿਸ ਤਰ੍ਹਾਂ ਦੇ ਕੋ ਨਿਸ਼ਾਨ ਵਗੈਰਾ ਨਹੀਂ ਆਤਾਰੀ ਆਪਕੋ ਲੇਕਿਨ ਉਹਨਾਂ ਦੀ ਨਾ ਜ਼ਬਾਨ ਇੱਕ ਸਾਈਡ ਤੋਂ ਕਾਲੀ ਐ ਅੱਗੋਂ ਨਾ ਕਰੰਬਲੀ ਕਾਲੀ ਹੋਈ ਐ ਮੈਂ ਇਹਨੂੰ ਕਿਹਾ ਮਮੀ ਨੂੰ ਮੈਂ ਕਿਹਾ ਮਹਿੰਦੀ ਜ਼ੁਬਾਨ ਪੈਣ ਦੀ ਕਾਲੀ ਕਿਉਂ ਹੋਈ ਏ ਤੇ ਅੰਮੀ ਕਹਿਣ ਲੱਗੀ ਖਰੇ ਮੇਰੀ ਤੀ ਦੀ ਕਿਵੇਂ ਜਾਨ ਨਿਕਲਦੀ ਤੜਫਦੀ ਦੀ ਨਿਕਲੀ ਤੇ ਇੰਨੇ ਪੈਣਾ ਭਰਾਵਾਂ ਦੀ ਪੈਣ ਹੈ ਅੱਜਕੱਲ ਕੋਈ ਵੀ ਨਹੀਂ ਮੇਰੀ ਤੀ ਨੇ ਕਿਤੇ ਇੰਝ ਜ਼ੁਬਾਨ ਦੇ ਨਾ ਥੱਲੇ ਲਈ ਤੇ ਇਸ ਵਾਸਤੇ ਕਾਲੀ ਖੈਰ ਸਾਡੀ ਮਾਂ ਨੇ ਭਰਾਵਾਂ ਦਾ ਬਿਲਾ ਨਹੀਂ ਆ ਰਿਹਾ ਭਰਾ ਭਰਾ ਹੀ ਕਰਦੀ ਰਹੀ ਅਸੀਂ ਆਖਿਆ ਠੀਕ ਹੈ ਖਰੇ ਸਵੇ ਦੀ ਤੁਹਾਡਾ ਪਿਓ ਭਾਈ ਦਾ ਭੋਲਾ ਆਨੇ ਤੁਸੀਂ ਵਰਚਾ ਕੋਈ ਵੀ ਗੱਲ ਕਰ ਲੋ ਤੁਹਾਡੇ ਲਾਜ ਆ ਜੈਦਾ ਉਹਨੂੰ ਸਾਨੂੰ ਪਹਿਲੀ ਸਾਨੂੰ ਠਾਣ ਪਤਾ ਹੀ ਨਹੀਂ ਦਾ ਟਿੱਕਰ ਖਾਨਦਾਨ ਚ ਐਸਾ ਕੁਝ ਨਹੀਂ ਹੋਇਆ ਅਸੀਂ ਠਾਣੇ ਕੋਈ ਅਸੀਂ ਇਹੋ ਜਿਹਾ ਕੰਮ ਸੀ ਪੁਲਿਸ ਵੇਖ ਕੇ ਸਿੱਧੀ ਗੱਲ ਅਸੀਂ ਡਰ ਕੇ ਮੱਲੇ ਚ ਆ ਜਾਣਾ ਤੇ ਅਸੀਂ ਦਰਵਾਜ਼ੇ ਬੰਦ ਕਰਨੇ ਆ ਕੋਈ ਮਸਲਾ ਹੋਵੇ ਅਸੀਂ ਪੁਲਿਸ ਵੈਸੇ ਡਰ ਜਾਂਦੇ ਆ ਸਾਡੇ ਅੱਬੂ ਨੂੰ ਇੱਥੋਂ ਲੈ ਗਏ ਨੇ ਸਾਨੂੰ ਮੈਨੂੰ ইমরান ਨੇ ਦੱਸਿਆ ਕਿ ਭੈਣ ਤੈਨੂੰ ਇਸ ਗੱਲ ਦਾ ਪਤਾ ਹੈ ਕਿ मामੇ ਉੱਥੇ ਕਵਰਾਂ ਚ ਲੈ ਕੇ ਬੈਠੇ ਨੇ ਅੱਖਰ ਪਈਆ ਪੁਲਿਸ ਵਾਲਿਆਂ ਨੂੰ ਦਿੱਤਾ ਗਿਆ ਮੈਂ ਕਿਹਾ ਨਹੀਂ ਐਵੇਂ ਦੁਨੀਆ मामਿਆਂ ਤੇ ਇਲزام ਲਾਉਂਦੀ ਉਹਨਾਂ ਦਾ ਤਾਂ ਵੀ ਐਡਾ ਜਵਾਨ ਗਿਆ ਹੈ ਨਾ ਮੈਂ ਅੱਗੋ ਇਹ ਛੋਟੇ ਨੂੰ ਕਹਿ ਰਹੀ ਹਾਂ ਇਹ ਤਾਂ ਮੈਨੂੰ ਉੱਥੇ ਕਹਿੰਦਾ ਸੀ ਕਿ ਕੁਝ ਕਰਕੇ ਘਰ ਚਲੀਏ ਲੇਕਿਨ ਸਾਡੇ मामੂ ਨੇ ਸਾਡੇ ਪੇਛੇ ਨਹੀਂ ਜਾਣ ਦਿੱਤੀ ਅਸੀਂ ਵੀ मामੂ ਦੀ ਬੜੀ ਇੱਜ਼ਤ ਅੱਜ ਵੀ ਇੱਜ਼ਤ ਕਰਦੇ ਆਂ ਅੱਜ ਵੀ ਇੰਨਾ ਕੁ ਸ਼ਿਕਾਰ ਵੀ ਦਿੱਤਾ ਅੱਜ ਵੀ ਇੱਜ਼ਤ ਕਰਦੇ ਆਂ ਅਸੀਂ ਘਰ ਆ ਗਏ ਆਂ ਉਸ ਤੋਂ ਬਾਅਦ ਆ ਕੱਲ ਪਰਸੋਂ ਦਾ ਮਤਲਬ ਅਸੀਂ ਉਹ ਕੱਲ ਦਾ ਮਤਲਬ ਬੂ ਤੇ ਭਾਬੀ ਕਿਤੇ ਘਰ ਔਰਤਾਂ ਤਾਂ ਲਾੜੀ ਪੈਂਦੀਆਂ ਨੇ ਉਹਨਾਂ ਦਾ ਕੰਮ ਸੀ ਆਏ ਸੀ ਕੋਈ ਤਰੀਕੇ ਨਾਲ ਭੈਣ ਨਾਲ ਗੱਲ ਕਰਦੇ ਬੇਟੀ ਨਾਲ ਕਰਦੇ ਅੱਪੂ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਲਾਉਣ ਦੀ ਕਿਹੜੀ ਗੱਲ ਹੈ ਕਿ ਅਸੀਂ ਜੋ ਕਰਨਾ ਸੀ ਅਸੀਂ ਉਹ ਕਰ ਲਿਆ ਹੱਥ ਵੱਢਨੇ ਸੀ ਵੱਢ ਲੈਣ ਮਸਲੇ ਵਿੱਚ ਕਿ ਪੰਜਾਬੀ ਦੀ ਕਹਾਵਤ ਹੈ ਕਿ ਅਸੀਂ ਤੇਰੇ ਕੋਲੋਂ ਗੂਠੇ ਲਵਾਣੇ ਸੀ ਲਵਾ ਲੈਣ ਮਮੀ ਉਸ ਦਿਨ ਕੋਲ ਆ ਜਿਸ ਦਿਨ ਪੁਲਿਸ ਆ ਲਾਇਆ ਮੇਰੇ ਅੱਪੂ ਨੇ ਸਾਡੇ ਸਾਰੇ ਪੈਨਾਪਰਾਵਾਂ ਦੇ ਨਾਂ ਸਹੀ ਲਿਖਾਏ ਨੇ ਮੇਰੇ ਭਾਈ ਦਾ ਵੀ ਨਾਮ ਇਮਰਾਨ ਦਾ ਵੀ ਸਹੀ ਲਿਖਾਇਆ ਹੈ ਅਸੀਂ ਭਰਾ ਨੂੰ ਭੁੱਲ ਕੇ ਨਾਨਕਿਆਂ ਦਾ ਸਾਥ ਦਿੱਤਾ ਪਰ ਸਾਡੇ ਨਾਨਕਿਆਂ ਨੂੰ ਇੱਜ਼ਤ ਨਹੀਂ ਰਾਸੇਗੀ ਜਿਸ ਦਿਨ ਪੁਲਿਸ ਆਈਏ ਤੁਸੀਂ ਆਪਣੇ ਭਾਈ ਦਾ ਨਾਮ ਬਿਲਕੁਲ ਠੀਕ ਲਿਖਾਇਆ ਮੈਂ ਭਾਈ ਮੈਂ ਸਾਥ ਹੀ ਉਹ ਛੋਟੀ ਵੀ ਅਸੀਂ ਆਪਣੇ ਭਾਈ ਦਾ ਨਾਮ ਬਿਲਕੁਲ ਠੀਕ ਲਿਖਾਇਆ ਹੈ ਸਾਡਾ ਭਾਈ ਕਿਸ ਵਜ੍ਹਾ ਤੋਂ ਬੇਦਖਲੇ 1 ਮਹੀਨਾ ਤੇ ਭਾਈ ਸਾਡਾ ਡਾ ਪਿਆਏ ਕਸੂਰ ਤੇ 2 ਸਾਲ ਕਿੱਥੇ ਹੋ ਗਏ ਨੇ ਅਸੀਂ ਤੇ ਇਹ ਵੀ ਪੁਲਿਸ ਵਾਲੇ ਨੇ ਅਸੀਂ ਕੋਲ ਖੋ ਕੇ ਮੈਂ ਬਿਆਨ ਲਿਖਾਏ ਨੇ